ਹਾਂਜੀ ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਅਕਾਲ ਜੀ, ਸਾਰਿਆਂ ਨੂੰ ਜੀ। ਕੀ ਹਾਲ ਚਾਲ ਆ ਸਾਰਿਆਂ ਦਾ ਜੀ? ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਤੇ। ਤੇ ਆਓ ਅੱਜ ਅਸੀਂ ਰਿਐਕਸ਼ਨ ਦੇਣ ਜਾ ਰਹੇ ਆ ਪੰਜਾਬ ਪ੍ਰਧਾਨ ਬਾਈ ਪ੍ਰਧਾਨ। ਇਹ ਸਾਡੇ ਪਾਕਿਸਤਾਨ ਵੀਰੇ ਨੇ ਜਿਨ੍ਹਾਂ ਨੇ ਗਾਣਾ ਗਾਇਆ ਹੋਇਆ ਜੀ, ਔਰ ਇਹਨਾਂ ਨੇ ਕਾਫੀ ਰਿਕੁਐਸਟ ਕੀਤੀ ਕਿ ਚਲੋ ਅੱਜ ਇਹਦੇ ਤੇ ਰਿਐਕਸ਼ਨ ਦੇਈਏ ਅਸੀਂ। ਚਲੋ ਸਟਾਰਟ ਕਰੀਏ। ਲਾਹੌਰੀ ਸ਼ਹਿਜ਼ਾਦ ਸਿੱਧੂ ਪੰਜਾਬ। ਚੜ੍ਹਦਾ ਸਿਆਲ ਲੈਂਦੇ ਮੌਤ ਨਾਲ ਫੇਰੇ, ਪੰਜਾਬ ਦੇ ਕਿਸਾਨਾਂ ਲਾਏ ਦਿੱਲੀ ਵਿੱਚ ਡੇਰੇ, ਤੇ ਕਿਸਾਨ ਬੰਦਾ ਕਦੇ ਵਿਹਲਾ ਨਹੀਂ ਰਹਿੰਦਾ, ਇਹ ਗੱਲ ਘੋਲ ਕੇ ਦਿੱਲੀ ਦੇ ਕੰਨਾਂ 'ਚ ਪਾਤੀ ਤੇ ਧਰਨੇ ਤੇ ਬੈਠੇ। ਬਾਕੀ ਸਹੀ ਗੱਲ ਹੈ ਜੀ, ਕਿਸਾਨ ਕਦੀ ਵਿਹਲਾ ਨਹੀਂ ਰਹਿੰਦਾ, ਤੇ ਦਿੱਲੀ ਜਾ ਕੇ ਵੀ ਉਹਨਾਂ ਨੇ ਗੰਢੇ ਲਾਤੇ ਆ, ਤੇ ਫਿਰ ਵੀ ਸਰਕਾਰਾਂ ਨੂੰ ਪਤਾ ਨਹੀਂ ਲੱਗ ਰਿਹਾ। ਕਹਿ ਲਓ ਉਹਨਾਂ ਲਈ ਇੱਕ ਇੱਕ ਮਿੰਟ ਕਿੰਨਾ ਕੀਮਤੀ ਹੈਗਾ, ਕਿ ਵੀ ਉਹਨਾਂ ਦਾ ਇੱਕ ਇੱਕ ਮਿੰਟ ਧਰਤੀ ਲਈ ਹੈਗਾ। ਬਿਲਕੁਲ। ਚੱਟਾਂ ਨੇ ਸੜਕਾਂ ਦੇ ਡਿਵਾਈਡਰਾਂ ਤੇ ਗੰਢਿਆਂ ਦੀ ਪਨੀਰੀ ਲਾਤੀ, ਇਹ ਉਹ ਕੌਮਾਂ ਜੋ ਨਾ ਧੱਕਾ ਕਰਦੇ ਆ ਤੇ ਨਾ ਧੱਕਾ ਚਰਦੇ ਆ, ਕਾਲ ਕੱਟ ਇਹ ਤਾਂ ਸੱਪਾਂ ਦੀਆਂ ਸਿਰੀਆਂ ਦੇ ਪੈਰ ਰੱਖ ਕੇ ਖੇਤਾਂ ਦੇ ਨੱਕੇ ਬੰਦ ਕਰਦੇ ਆ। ਲੜੀਦਾ ਤੇ ਚੜ੍ਹਦਾ ਪੰਜਾਬ ਇਕੱਠੇ ਨੇ, ਜਿਹੜਾ ਵੱਡਾ ਪੁਰਾਣਾ ਸਾਂਝਾ ਪੰਜਾਬ ਆ। ਪਾਈ ਸੀ ਜੋ ਵੰਡ 47 ਵੇਲੇ ਦੀ, ਰਚੀ ਪਈ ਆ ਹੱਡਾਂ ਵਿੱਚ ਚੀਸ ਬਣ ਕੇ। ਬਾਕੀ ਸਹੀ ਆ ਜੀ, 47 ਦੇ ਵਿੱਚ ਜੋ ਇਹਨਾਂ ਨੇ ਵੰਡ ਪਾਈ ਆ ਸਾਡੇ ਲੀਡਰਾਂ ਨੇ ਸਿਰਫ ਕੁਰਸੀ ਵਾਸਤੇ, ਤੇ ਜ਼ਿਆਦਾ ਤਾਂ ਪੰਜਾਬ ਦਾ ਨੁਕਸਾਨ ਹੋਇਆ ਸੀ ਉਦੋਂ, ਤੇ ਪੰਜਾਬੀਆਂ ਦਾ ਹੋਇਆ ਸੀ, ਤੇ ਬਟ ਫਿਰ ਵੀ ਇਹਨਾਂ ਨੂੰ ਅਕਲ ਨਹੀਂ ਆਉਂਦੀ ਕਿ ਇੰਨਾ ਨੁਕਸਾਨ ਕਰਕੇ ਫਿਰ ਉਹ ਕੁਛ ਹੀ ਲੀਹਾਂ ਤੇ ਤੁਰੇ ਪਏ ਆ ਕਿ ਦੁਬਾਰਾ ਫਿਰ ਕੁਛ ਉਦਾਂ ਦਾ ਹੋਵੇ। ਸਿਆਸੀ ਗੱਲਾਂ ਸਾਡੇ ਬਾਬਿਆਂ ਨੇ ਜੋ, ਨਿਕਲੂਗੀ ਅੱਜ ਉਹ ਰੀਜ ਤਣ ਕੇ। ਪਈ ਸੀ ਜੋ ਵੰਡ 47 ਵੇਲੇ ਦੀ, ਰਚੀ ਪਈ ਆ ਹੱਡਾਂ ਵਿੱਚ ਚੀਸ ਬਣ ਕੇ। ਦੱਸੀਆਂ ਸੀ ਗੱਲਾਂ ਸਾਡੇ ਬਾਬਿਆਂ ਨੇ ਜੋ, ਨਿਕਲੂਗੀ ਅੱਜ ਉਹ ਰੀਜ ਤਣ ਕੇ। ਪਹਿਲੇ ਦੀਆਂ ਲੀਕਾਂ ਹਾਲੇ ਟੱਪੀਆਂ ਨੀ ਗਈਆਂ, ਨਵਾਂ ਜੋ ਕਿਸਾਨੀ ਵਾਲਾ ਮੁੱਦਾ ਛੇੜਤਾ। ਚੜ੍ਹਦਾ ਪੰਜਾਬ ਆਵਾਜ਼ ਮਾਰੇ ਲੈਂਦੇ ਨੂੰ, ਦੁਨੀਆਂ ਏ ਆਖੂ ਸ਼ੇਰ ਸੁੱਤਾ ਛੇੜਦਾ। ਚੜ੍ਹਦਾ ਪੰਜਾਬ ਆਵਾਜ਼ ਮਾਰੇ ਲੈਂਦੇ ਨੂੰ, ਦੁਨੀਆਂ ਏ ਆਖੂ ਸ਼ੇਰ ਸੁੱਤਾ ਛੇੜਦਾ। ਅੱਤਵਾਦੀ ਕਹਿਣਾ ਤਾਂ ਸੌਖਾ ਹੈ ਨਾ, ਅਤੇ ਜੇ ਕੁਛ ਇਹ ਆਪ ਕਰਦਾ ਆ ਕਿ ਉਹ ਅੱਤਵਾਦ ਨਹੀਂ ਹੈਗਾ, ਕਿੱਦਾਂ ਲੋਕਾਂ ਨੂੰ ਇਹ ਠੰਡ ਵਿੱਚ ਹੁਣ ਇੰਨੇ ਕਿੰਨੇ ਕਿਸਾਨਾਂ ਦੀ ਕਹਿ ਲਓ ਜਾਨ ਗਈ ਹੈ। 70 ਗਲਤ ਹੈ, ਦੇਖੋ ਜਿਹੜਾ ਕਿਸਾਨ ਪੂਰੀ ਦੁਨੀਆਂ ਨੂੰ ਹਾਲਾ ਦੇ ਰਿਹਾ, ਉਹਨੂੰ ਤੁਸੀਂ ਇੰਨਾ ਗਲਤ ਲਫ਼ਜ਼ ਕਿੱਦਾਂ ਯੂਜ਼ ਕਰ ਸਕਦੇ? ਬਸ ਇਹ ਤਾਂ ਗੌਰਮੈਂਟਾਂ ਦੀਆਂ ਚਾਲਾਂ ਹੁੰਦੀਆਂ ਨਾ। ਦਿੱਲੀ ਨੂੰ ਭਾਜੜਾ ਪਈਆਂ ਆ। ਧਰਨੇ ਤੇ ਬਹਿਣ ਨੂੰ ਤਿਆਰ ਖੜੇ ਆ।
ਲਖਮਣ ਨੂੰ ਇਹਨਾਂ ਨੇ ਪਤਾ ਨਹੀਂ ਕਿਉਂ ਵਿੱਚ ਰੱਖ ਲਿਆ, ਵੈਸੇ ਰੱਖਣਾ ਨਹੀਂ ਚਾਹੀਦਾ ਸੀਗਾ ਸਾਡੇ ਪਾਕਿਸਤਾਨ ਵੀਰੇ ਇਹਨਾਂ ਨੂੰ ਇੰਨਾ। ਹਾਂ ਸ਼ਾਇਦ ਪਤਾ ਨਹੀਂ ਹੋਣਾ ਨਾ ਕਿ ਇਹ ਪੰਜਾਬੀਆਂ ਬਾਰੇ ਬੋਲ ਕੇ ਗਿਆ ਜਾਂ ਕਿੱਦਾਂ ਆ। ਹੁਣ ਮਾਫੀਆਂ ਵੀ ਮੰਗ ਰਹੇ ਨੇ ਬਟ ਫਿਰ ਵੀ ਉਹ ਗੱਲ ਨਹੀਂ ਬਣਦੀ। ਇੱਕ ਵਾਰ ਜਦੋਂ ਬੰਦਾ ਦਿਲੋਂ ਉਤਰ ਜਾਂਦਾ ਹੈ ਨਾ, ਬੋਲਣ ਦਾ ਤਾਂ ਪਤਾ ਹੋਣਾ ਚਾਹੀਦਾ ਇਹਨਾਂ ਨੂੰ। ਏਡੇ ਵੱਡੇ ਕਲਾਕਾਰ ਆ, ਕਹਿੰਦੇ ਹੁੰਦੇ ਸੀ ਇਹ ਗੁਰਦਾਸ ਮਾਨ ਪੰਜਾਬ ਦਾ ਮਾਨ, ਤੇ ਪਰ ਮਾਨ ਇਹਨਾਂ ਨੇ ਰੱਖਿਆ ਨਹੀਂ ਪੰਜਾਬੀਆਂ ਦਾ। ਇੰਨੀ ਫੇਮਸ ਹੈ ਉਹ ਪੰਜਾਬ ਕਰਕੇ ਕਹਿ ਲਓ, ਫਿਰ ਵੀ ਇਹ ਕੰਮ ਕੀਤਾ ਇਹਨਾਂ ਨੇ ਨਾ। ਗਾਣਾ ਬਹੁਤ ਵਧੀਆ ਆ ਜੀ, ਤੇ ਸੋਹਣਾ ਗਾਇਆ ਗਿਆ ਆ, ਲਿਰਿਕਸ ਵੀ ਬਹੁਤ ਸੋਹਣੇ ਨੇ ਲਿਖੇ, ਜਿੰਨੇ ਵੀ ਲਿਖਿਆ ਆ ਉਹਨੇ ਬਹੁਤ ਸੋਹਣਾ ਲਿਖਿਆ ਜੀ। ਔਰ ਪੂਰੇ ਜੋਸ਼ ਪੂਰੀ ਐਨਰਜੀ ਆਉਂਦੀ ਹੈਗੀ ਦੇਖ ਕੇ, ਲੱਗਦਾ ਹੈ ਕਿ ਵਾਕਈ ਏਡੀ ਦੂਰ ਪਾਕਿਸਤਾਨ ਵੀਰੇ ਸਾਡੇ ਬੈਠੇ ਆ, ਬਟ ਉਹਨਾਂ 'ਚ ਸਾਡੇ ਵਰਗਾ ਹੀ ਦੁੱਖ ਅਤੇ ਦਰਦ ਹੈਗਾ ਆਪਣੇ ਸਾਡੇ ਕਿਸਾਨ ਵੀਰਾਂ, ਸਾਡੇ ਬਜ਼ੁਰਗ ਜਿੰਨੇ ਵੀ ਉੱਥੇ ਬੈਠੇ ਸਾਰੇ ਵੀਰ ਬੈਠੇ ਹੈਗੇ, ਬੱਚੇ ਵੀ ਗਏ ਹੋਏ ਨੇ ਉੱਥੇ ਪੜ੍ਹ ਰਹੇ ਨੇ ਤੇ ਇਹਨਾਂ ਨੇ ਇੰਨਾ ਹੀ ਦੇਖ ਲਓ ਕਿ ਹੋਰ ਕਿਸੇ ਨੇ ਕਿਸੇ ਸਟੇਟ ਤੋਂ ਏਦਾਂ ਦਾ ਮੈਨੂੰ ਲੱਗਦਾ ਆਇਆ ਨਹੀਂ ਹੋਣਾ ਗਾਣਾ, ਜਿੱਦਾਂ ਕਿ ਹੁਣ ਪਾਕਿਸਤਾਨ ਵਾਲਿਆਂ ਨੂੰ ਲੱਗਦਾ ਦੂਜਾ ਗਾਣਾ ਆ ਗਿਆ ਹਨਾ, ਦੂਸਰਾ ਗਾਣਾ ਆ ਗਿਆ ਤਕਰੀਬਨ। ਔਰ ਸਾਰੇ ਸਿੰਗਰ ਜਿਹੜੇ ਹੈਗੇ ਪੂਰੇ ਕਿੰਨਾ ਵਧੀਆ ਇਹਨਾਂ ਨੇ ਜੋਸ਼ ਨਾਲ ਪੂਰਾ, ਏਦਾਂ ਲੱਗਦਾ ਹੈ ਕਿ ਸੱਚੀ ਦਿਲੋਂ ਔਰ ਦਰਦ ਭਰੇ ਗਾਣੇ ਇਹਨਾਂ ਨੇ ਬਿਲਕੁਲ ਆਪਣਾ ਮੈਸੇਜ ਭੇਜਿਆ ਹੈਗਾ ਆ। ਹਾਂ ਤੇ ਇਹ ਤਾਂ ਸੋਹਣਾ ਗਾਇਆ, ਵੈਸੇ ਆਵਾਜ਼ ਵੀ ਸੋਹਣੀ ਆ ਸਾਰਿਆਂ ਦੀ, ਤੇ ਕਿਸਾਨਾਂ ਲਈ ਉਹਨਾਂ ਨੇ ਚਲੋ ਆਪਣਾ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਸਾਨੂੰ ਵੀ ਦਰਦ ਹੈਗਾ ਆ। ਬਿਲਕੁਲ ਉਹ ਵੀ ਦਰਦ ਰੱਖਣਾ ਵੀ ਚਾਹੀਦਾ ਜੀ ਕਿਸਾਨਾਂ ਲਈ, ਜਿੱਥੇ ਮਰਜ਼ੀ ਰਹੀਏ ਸਾਡਾ ਖੂਨ ਤੇ ਪੰਜਾਬ 'ਚ ਹੈਗਾ ਹੈ ਜੀ, ਅੰਦਰ ਤੇ ਉਹੀ ਕੁਛ ਵੀ ਹੁੰਦਾ ਹੈ ਦੁੱਖ ਤੇ ਲੱਗਦਾ ਹੈ, ਜਿੱਥੇ ਮਰਜ਼ੀ ਰਹੋ ਪਰ ਕਹਿੰਦੇ ਹੁੰਦੇ ਜੜਾਂ ਨਾਲ ਰਹਿਣਾ ਚਾਹੀਦਾ, ਜੁੜਿਆ ਰਹਿਣਾ ਚਾਹੀਦਾ ਸਾਡੀ ਕਹਿ ਲਓ ਵੀ ਪਹਿਚਾਣ ਹੈਗੀ ਆ, ਪਛਾਣ ਹੈਗੀ ਆ ਤੇ ਕਿਸਾਨ ਹੈਗੇ ਆ, ਤੇ ਸਾਰਾ ਕਹਿ ਲਓ ਅਨਾਜ ਜੋ ਕੁਛ ਵੀ ਅਸੀਂ ਖਾਂਦੇ ਹਾਂ ਉਹਨਾਂ ਕਰਕੇ ਹੈਗਾ ਹੈ, ਕਹਿ ਲਓ ਕਿ ਕਿਸਾਨ ਹੈਗੇ ਜਿਹੜਾ ਹਰ ਇੱਕ ਘਰ ਦੇ ਵੰਝੀ ਦੇ ਮੂੰਹ 'ਚ ਰੋਟੀ ਜਾਂਦੀ ਉਹਨਾਂ ਕਰਕੇ ਜਾਂਦੀ ਹੈਗੀ ਆ। ਇੰਨੀ ਮਿਹਨਤ ਨਾਲ ਦੇਖੋ ਇੰਨੇ ਸਟਰਗਲ ਇੰਨਾ ਕਹਿ ਲਓ ਲੱਗੇ ਹੈਗੇ, ਫਿਰ ਵੀ ਉਹਨਾਂ ਨੇ ਆਪਣਾ ਕੰਮ ਨਹੀਂ ਛੱਡਿਆ, ਉਹ ਉੱਥੇ ਵੀ ਲੱਗੇ ਕੰਮ ਕਰਨ ਦੇ ਹੈਗੇ, ਤਾਂ ਕਿ ਉਹੀ ਟੈਨਸ਼ਨ ਹੈਗੀ ਕਿ ਬਈ ਜਿੱਥੇ ਵੀ ਰਹੀਏ ਅਸੀਂ ਆਪਣਾ ਕੰਮ ਨਹੀਂ ਛੱਡਣਾ, ਡਟੇ ਰਹਿਣਾ ਹੈਗਾ ਆ, ਇਨਸਾਫ ਜ਼ਰੂਰ ਮਿਲੇਗਾ। ਅਸੀਂ ਵਾਹਿਗੁਰੂ ਕੋਲੋਂ ਇਹੀ ਕਹਿੰਦੇ ਆ, ਅਰਦਾਸ ਕਰਦੇ ਕਿ ਤੁਸੀਂ ਵੀ ਸਾਰੇ ਜਾਣੇ ਅਰਦਾਸ ਕਰੋ, ਉਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ, ਅਰਦਾਸ ਕਰੋ ਕਿ ਹਾਂ ਵੀ ਉਹਨਾਂ ਦਾ ਹੱਕ ਉਹਨਾਂ ਨੂੰ ਛੇਤੀ ਮਿਲੇ, ਤੇ ਛੇਤੀ ਛੇਤੀ ਘਰਾਂ ਨੂੰ ਪਰਤਣ ਜੀ, ਤੇ ਠੰਡ ਕਹਿੰਦੇ ਆ ਬਹੁਤ ਹੋਈ ਆ ਰਹੀ ਅੱਗੇ ਤੇ ਅੱਗੇ, ਤੇ ਬਾਕੀ ਤੁਸੀਂ ਦੱਸਿਓ ਕਿੱਦਾਂ ਦਾ ਲੱਗਾ ਗਾਣਾ, ਬਹੁਤ ਅੱਛਾ ਹੈਗਾ, ਸਾਰੇ ਜ਼ਰੂਰ ਸੁਣਿਓ ਤੇ ਸਾਨੂੰ ਵੀ ਲਾਈਕ ਜ਼ਰੂਰ ਕਰ ਲਿਓ, ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ, ਫਿਰ ਛੇਤੀ ਮਿਲਦੇ ਆ ਜੀ, ਸਟੇ ਸੇਫ ਸਟੇ ਬਲੈਸਡ, ਸੀ ਯੂ ਸੂਨ, ਰੱਬ ਰੱਖਾ ਜੀ, ਬਾਏ। ਜੱਟਾਂ ਨੇ ਸੜਕਾਂ ਦੇ ਡਿਵਾਈਡਰਾਂ ਤੇ ਗੰਡਿਆਂ ਦੀ ਪਨੀਰੀ ਲਾਤੀ, ਇਹ ਉਹ ਕੌਮਾਂ ਜੋ ਨਾ ਧੱਕਾ ਕਰਦੇ ਆ ਤੇ ਨਾ ਧੱਕਾ ਜਰਦੇ ਆ, ਕਾਲਕੱਟ ਇਹ ਤਾਂ ਸੱਪਾਂ ਦੀਆਂ ਸਿਰੀਆਂ ਦੇ ਪੈਰ ਰੱਖ ਕੇ ਖੇਤਾਂ ਦੇ ਨੱਕੇ ਬੰਦ ਕਰਦੇ ਆ, ਲਹਿੰਦਾ ਤੇ ਚੜ੍ਹਦਾ ਪੰਜਾਬ ਇਕੱਠੇ ਨੇ ਜਿਹੜਾ ਵੱਡਾ ਪੁਰਾਣਾ ਸਾਂਝਾ ਪੰਜਾਬ ਆ, ਪਾਈ ਸੀ ਜੋ ਵੰਡ 47 ਵੇਲੇ ਦੀ ਰਚੀ ਪਈ ਆ ਹੱਡਾਂ ਵਿੱਚ।